ਮੇਰਾ ਨਾਮ ਰਾਖਲ ਜੀ, ਪਿੰਡ ਮੇਰਾ ਸਿੰਘਪੁਰ ਜੀ। ਮੇਰਾ ਬੇਟਾ ਠੀਕ ਨਹੀਂ ਸੀ, ਉਹ ਚੀਕਾਂ ਮਾਰਦਾ ਸੀ, ਉਹਦੇ ਕਾਰਨ ਮੈਂ ਜੱਗੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ। ਉਹ ਦੋ ਜਣੇ ਪਹਿਲੋਂ ਆਏ ਪ੍ਰਾਰਥਨਾ ਕਰਨ ਵਾਸਤੇ, ਉਹਨੇ 10-12 ਪਾਸਟਰ ਹੋਰ ਸੱਦ ਲੈ ਲੱਗ ਗਏ। ਉਹ ਉਹਨਾਂ ਨੇ ਆਣ ਕੇ ਕਿਸੇ ਨੇ ਠੁੱਡ ਮਾਰਨੇ ਸ਼ੁਰੂ ਕਰਤੇ, ਕਿਸੇ ਨੇ ਚਪੇੜਾਂ ਮਾਰਨੀਆਂ ਸ਼ੁਰੂ ਕਰਤੀਆਂ। ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਪਿੰਡ ਦੇ ਰੇੜੇ ਦੇ ਵਿੱਚ ਉਹਨਾਂ ਨੇ, ਧੂ ਧੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ, ਉਹਨੂੰ ਸਾਰਾ ਨੀਲਾ ਕਰ ਛੜਿਆ। ਇੰਨੀਆਂ ਕੁ ਸੱਟਾਂ ਲਾਈਆਂ, ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ, ਤੇ ਮੇਰੇ ਬੱਚੇ ਨੂੰ ਏਦਾਂ ਬਾਹਾਂ ਪਿੱਛੇ ਬੰਨ ਕੇ, ਲੱਤਾਂ ਵੀ ਬੰਨ ਕੇ, ਤੇ ਮੰਜੀ ਤੋਂ ਮੂਧਾ ਸੁੱਟ ਗਏ। ਮੂਧਾ ਸੁੱਟਣ ਦੇ ਕਾਰਨ ਅਜੇ ਇਹ ਗਏ ਹੀ ਆ, ਤੇ ਮੇਰੇ ਬੱਚੇ ਨੇ ਦਮ ਤੋੜਤੇ। ਹਾਂਜੀ, ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ। ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾਹ ਨਹੀਂ ਜਾਣ ਦਿੰਦੇ। ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ, ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ। ਇਸ ਕਾਰਨ ਇਹਨਾਂ ਨੇ ਕੁੱਟ ਕੁੱਟ ਕੇ, ਮੈਂ ਘਰ ਵਿੱਚ ਅਸੀਂ ਦੋਵੇਂ 9 ਸੱਸ ਸੀ ਸਾਡੀ, ਇਹਨਾਂ ਨੇ ਪੇਸ਼ ਨਹੀਂ ਜਾਣ ਦੀ, 10-15 ਬੰਦੇ ਸੀ, ਤੇ ਦਫਨਾਇਆ ਹੀ। ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫਿਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ, ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ ਬੁੱਧ ਨਹੀਂ। ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ, ਉਹ ਹੀ ਮੇਰਾ ਸਹਾਰਾ ਸੀ, ਮੇਰਾ ਆਦਮੀ ਵੀ ਨਹੀਂ ਆ ਸਿਰ ਤੇ, ਉਹ ਵੀ ਮਿੰਟ ਵਾਲਿਆ, ਉਹ ਕੁਛ ਕਰਦਾ ਨਹੀਂ ਆ, ਮੰਜੀ ਤੇ ਬੈਠਾ। ਇਹਦੇ 3 ਬੱਚੇ ਆ ਤੇ ਚੌਥੀ ਆਪ ਆ, ਪੰਜਵਾਂ ਮੇਰਾ ਬੇਟਾ ਸੀ, ਉਹ ਕੰਮ ਕਰਦਾ। ਹਾਂਜੀ, ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਦਦ ਕੀਤੀ ਜਾਏ, ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਹ ਕੋਹ ਮਾਰਿਆ ਵਾ, ਤੇ ਇਸ ਕਰਕੇ ਅਸੀਂ ਥਾਣੇ ਜਾ ਕੇ ਪਰਚਾ ਲਿਖਾਇਆ ਵਾ, ਇਸ ਕਰਕੇ ਅਸੀਂ ਪੋਸਟ ਮਾਡਲ ਵਾਸਤੇ ਇਹਨੂੰ ਵੋਟ ਰਹੇ। ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ, ਮੈਂ ਕਿਹਾ ਚੱਲ ਦਵਾ ਨਾ ਠੀਕ ਹੋ ਜਾਏਗਾ। ਇਹਨਾਂ ਨੇ ਦਵਾ ਨਹੀਂ ਕੀਤੀ, ਇਹਨਾਂ ਨੇ ਕੁੱਟ ਕੁੱਟ ਕੇ ਤੇ ਉਹ ਰਾਤ ਮਾਰ ਛੜਿਆ, ਠੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਨਾਲ। ਇਹਨਾਂ ਨੇ 7-8 ਜਾਣੇ ਬੁਲਾਏ ਸੀ, ਉਹ ਇਹਨਾਂ ਨੇ ਬਾਅਦ ਚ ਠੁੱਡ ਮਾਰ ਮਾਰ ਕੇ ਤੇ ਮਾਰ ਛੜਿਆ, ਤੇ ਬਾਅਦ ਚ ਇਹਨਾਂ ਨੇ ਆਪਾਂ ਗਾਹ ਹੁੰਦੇ ਸੀ ਸਡਾਉਂਦੇ ਸੀ, ਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ, ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ। ਆਪਣਾ ਪ੍ਰੇਰ ਕਰਕੇ ਜਾਂ ਠੀਕ ਕਰਨ ਦੀ ਗੱਲ ਬੁਲਾਇਆ ਸੀ, ਪਰ ਉਹਨਾਂ ਨੇ ਕਿਹਾ ਵੀ ਇਹ 'ਚ ਕੋਈ ਸ਼ੈਤਾਨ ਹੈ, ਅਤੇ ਉਹ ਉਹਦੀ ਮਾਰ ਕਟਾਈ ਸ਼ੁਰੂ ਕਰਤੀ, ਅਤੇ ਫਿਰ ਉਹਨੇ ਕੋਈ ਹੋਰ ਬੰਦੇ ਬੁਲਾ ਲਏ, ਅਤੇ ਉਹਦੀ ਮਾਰ ਕਟਾਈ ਦੌਰਾਨ ਜਿਹੜੀ ਉਹਦੀ ਡੈਥ ਹੋ ਗਈ। ਹੁਣ ਡੈਡ ਬੜੀ ਕਢਾਈ ਜਾ ਰਹੀ ਹੈ, ਇਹ ਫਿਰ ਜਦੋਂ ਇਹ ਸਾਰੀ ਗੱਲ ਹੋਈ, ਉਸ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਤਲਾਹ ਨਹੀਂ ਦਿੱਤੀ, ਅਤੇ ਇਹਨੂੰ ਕਰਤਾ ਦਫਨਾ ਤਾ ਹੀ ਬੋਡੀ ਨੂੰ। ਉਸ ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ, ਫਿਰ ਅਸੀਂ ਉਹਦੀ ਜ਼ਿਆਦਾ ਐਫ ਆਈ ਆਰ ਲੌਂਚ ਕੀਤੀ ਹੈ। ਐਫ ਆਈ ਆਰ ਲੌਂਚ ਕਰਨ ਤੋਂ ਬਾਅਦ ਕਿਉਂਕਿ ਇਹਦਾ ਪੋਸਟਮਾਰਟਮ ਜ਼ਰੂਰੀ ਹੈ, ਅਤੇ ਇਸ ਕਰਕੇ ਇਹਦੀ ਜਿਹੜੀ ਡੈਡ ਬੋਡੀ ਕੱਢ ਕੇ ਅਤੇ ਉਹਦਾ ਪੋਸਟਮਾਰਟਮ ਕਰਾਵਾਂਗੇ। ਕਿੰਨੇ ਬੰਦਿਆਂ ਦੇ ਪਰਚਾ ਦਿੱਤੇ? ਕਿੰਨੇ ਬੰਦੇ ਖਿਲਾਫ? ਦੋ ਬੰਦਿਆਂ ਦੇ ਬਾਈ ਨੇਮ ਹੈ, ਅਤੇ ਬਾਕੀ 6-7 ਨਿਸ਼ਾਨੇ ਫੜੇ ਬੰਦੇ ਜਾਂ ਹਜੇ ਨਹੀਂ, ਕੋਈ ਰਸਟ ਨਹੀਂ। ਥੈਂਕ ਯੂ।